हाँ जी, स्वागत है सारे वीर अपने चैनल दे विच। जिहड़े वीर ने अजे तक अपने चैनल नूं सबसक्राइब नहीं कीता, सबसक्राइब कर लो ते नाल ही घंटी दे बटन उपर क्लिक कर दो तां कि न्यू वीडियोज़ दी अपडेट्स तुहाडे तक सब तों पहलां आ सकन। सब नालों पहलां वीडियो जिहड़ी तुसीं देख सको ते अपनी वीडियो नूं शेयर करो ते मैनूं इंस्टाग्राम ते फॉलो कर लिओ, लिंक डिस्क्रिप्शन दे विच आ। ते आपां वीडियो नूं स्टार्ट करदे आ। ਸਵਰਾਜ 850 ਟਰੈਕਟਰ ਹੈ ਜੀ, ਇਹ ਟਰੈਕਟਰ ਸੇਲ ਹੈ, ਮਾਡਲ ਹੈਗਾ ਜੀ 2015 ਅਤੇ 75 ਪੈਸੇ ਨਾਲ ਲੈ ਰਹੇ ਟਰੈਕਟਰ ਦੇ। ਬਾਕੀ ਗੁੱਡ ਕੰਡੀਸ਼ਨ ਦੇ ਵਿੱਚ ਹੈ ਜੀ, ਤੁਸੀਂ ਦੇਖ ਸਕਦੇ ਹੋ। ਰੰਗ ਪੂਰਾ ਵਧੀਆ ਪਿਆ ਟਰੈਕਟਰ ਦਾ, ਮਗਰਾਹਟ ਗਲੇ ਨਹੀਂ ਹੋਏ ਬਿਲਕੁਲ ਵੀ। ਅਤੇ ਮਾਲਕ ਵੀਰ ਨੇ ਡਿਮਾਂਡ ਰੱਖੀ ਹੈ 5,10,000 ਰੁਪਏ, ਜਿਹੜਾ ਕਿ ਲੈਸ ਹੋ ਸਕਦਾ ਮੌਕੇ 'ਤੇ। ਬਾਕੀ ਮਾਲਕ ਵੀਰ ਦਾ ਜਿਹੜਾ ਕੋਂਟੈਕਟ ਨੰਬਰ ਹੈ ਸਕਰੀਨ 'ਤੇ ਸ਼ੋ ਹੋ ਰਿਹਾ, ਤੁਸੀਂ ਕੋਂਟੈਕਟ ਕਰਕੇ ਮਾਲਕ ਵੀਰ ਨਾਲ ਇਸਦਾ ਹੋਰ ਇਨਫੋਰਮੇਸ਼ਨ ਜਿਹੜੀ ਲੈ ਸਕਦੇ ਹੋ ਅਤੇ ਖਰੀਦ ਸਕਦੇ ਹੋ। ਬਾਕੀ ਪਾਵਰ ਸਟੇਅਰਿੰਗ ਟਰੈਕਟਰ ਤੁਸੀਂ ਦੇਖ ਸਕਦੇ ਹੋ, ਕੰਡੀਸ਼ਨ ਬਹੁਤ ਵਧੀਆ ਟਰੈਕਟਰ ਦਾ, ਇੰਜਨ ਗੇਅਰ ਦੀ ਪੂਰੀ ਗਰੰਟੀ ਹੈ ਮਾਲਕ ਵੀਰ ਦੀ, ਵਧੀਆ ਕੰਡੀਸ਼ਨ ਦੇ ਵਿੱਚ ਹੈ ਜੀ ਸਾਰਾ ਟਰੈਕਟਰ, ਵਿਦਆਊਟ ਮਿਊਜ਼ਿਕ ਸਿਸਟਮ ਹੈ ਜੀ। ਬਾਕੀ ਕੰਡੀਸ਼ਨ ਦੇਖ ਸਕਦੇ ਹੋ ਤੁਸੀਂ, ਟਾਇਰ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਨੇ, ਵਧੀਆ ਕੰਡੀਸ਼ਨ ਹੈ ਜੀ। ਅਤੇ ਜਿਹੜੇ ਵੀ ਨੇ ਲੈਣਾ ਹੋਵੇ ਕੋਂਟੈਕਟ ਕਰ ਸਕਦਾ, ਨਿਊ ਛੱਤਰੀ ਲਵਾਈ ਹੋਈ ਹੈ ਤੁਸੀਂ ਦੇਖ ਸਕਦੇ ਹੋ। MS 985 ਕੰਬਾਈਨ ਹੈ ਜੀ, ਇਹ ਕੰਬਾਈਨ ਸੇਲ ਹੈ, ਗੁੱਡ ਕੰਡੀਸ਼ਨ ਦੇ ਵਿੱਚ, ਮਾਡਲ ਹੈਗਾ ਜੀ 2015 ਅਤੇ 50 ਨੰਬਰ ਹੈ ਜੀ ਕੰਬਾਈਨ। ਰਿਪੇਅਰ ਕਰ ਰਹੇ ਨੇ ਮਾਲਕ ਵੀਰ, ਟਾਇਰ ਬਿਲਕੁਲ ਨਿਊ ਨੇ ਤੁਸੀਂ ਦੇਖ ਸਕਦੇ ਹੋ, A1 ਕੰਡੀਸ਼ਨ ਹੈ। ਅਤੇ ਮਾਲਕ ਵੀਰ ਨੇ ਕੰਬਾਈਨ ਦੀ ਡਿਮਾਂਡ ਰੱਖੀ ਹੈ ਪੂਰੇ 11,00,000 ਰੁਪਏ, ਅਤੇ ਜਿਹੜਾ ਕਿ ਲੈਸ ਹੋ ਜਾਵੇਗਾ ਮੌਕੇ 'ਤੇ। ਬਾਕੀ ਕੰਡੀਸ਼ਨ ਦੇਖ ਸਕਦੇ ਹੋ ਕੰਬਾਈਨ ਦਾ, ਕੰਬਾਈਨ ਬਹੁਤ ਹੀ ਜ਼ਿਆਦਾ ਸਾਫ਼ ਆ, ਰੰਗ ਬਹੁਤ ਕਲੀਅਰ ਪਿਆ ਕੰਬਾਈਨ ਦਾ ਤੁਸੀਂ ਦੇਖ ਸਕਦੇ ਹੋ। ਅਤੇ ਜਿਹੜੇ ਵੀ ਨੇ ਕੰਬਾਈਨ ਲੈਣੀ ਹੋਵੇ ਤਾਂ ਕੋਂਟੈਕਟ ਨੰਬਰ ਮਾਲਕ ਵੀਰ ਦਾ ਸਕਰੀਨ 'ਤੇ ਸ਼ੋ ਹੋ ਰਿਹਾ, ਕੋਂਟੈਕਟ ਕਰਕੇ ਮਾਲਕ ਵੀਰ ਨਾਲ ਇਨਫੋਰਮੇਸ਼ਨ ਹੋਰ ਕੰਬਾਈਨ ਦੀ ਜਿਹੜੀ ਲੈ ਸਕਦੇ ਅਤੇ ਖਰੀਦ ਸਕਦੇ ਹੋ। ਬਾਕੀ ਕੰਬਾਈਨ ਗਲੀ ਨਹੀਂ ਹੋਈ ਬਿਲਕੁਲ ਵੀ, ਕਟਰ ਦਾ ਕੰਡੀਸ਼ਨ ਬਹੁਤ ਹੀ ਜ਼ਿਆਦਾ ਵਧੀਆ ਤੁਸੀਂ ਫੋਟੋ 'ਚ ਦੇਖ ਸਕਦੇ ਹੋ। ਸੁਰਿੰਦਰਾ ਕੰਬਾਈਨ ਹੈ ਜੀ, ਇਹ ਕੰਬਾਈਨ ਸੇਲ ਹੈ, ਮਾਡਲ ਹੈਗਾ ਜੀ 2014 ਅਤੇ 80 ਪੈਸੇ ਟਾਇਰ ਨੇ ਜੀ ਕੰਬਾਈਨ ਦੇ ਨਾਲ ਦੇ, ਲੋਕਲ ਚੱਲੀ ਹੋਈ ਆ ਕੰਬਾਈਨ, ਓਰੀਜਨਲ ਰੰਗ ਜੀ ਸਾਰਾ, ਕੰਡੀਸ਼ਨ ਬਿਲਕੁਲ ਓਕੇ ਆ ਕੰਬਾਈਨ ਤੁਸੀਂ ਦੇਖ ਸਕਦੇ ਹੋ ਫੋਟੋ 'ਚ। ਅਤੇ ਮਾਲਕ ਵੀਰ ਨੇ ਡਿਮਾਂਡ ਰੱਖੀ ਹੈ ਕੰਬਾਈਨ ਦੀ 11,40,000 ਰੁਪਏ, ਜਿਹੜਾ ਕਿ ਲੈਸ ਹੋ ਜਾਵੇਗਾ। ਬਾਕੀ ਤੁਸੀਂ ਕਟਰ ਦੇ ਟਾਇਰਾਂ ਦੀ ਕੰਡੀਸ਼ਨ ਹੈ ਜਿਹੜੀ ਉਹ ਦੇਖ ਸਕਦੇ ਹੋ, 80-90 ਪੈਸੇ ਕਟਰ ਦੇ ਟਾਇਰ ਨੇ ਵਧੀਆ ਕੰਡੀਸ਼ਨ ਦੇ ਵਿੱਚ। ਅਤੇ ਜਿਹੜੇ ਵੀ ਵੀਰ ਨੇ ਕੰਬਾਈਨ ਲੈਣੀ ਹੋਵੇ ਤਾਂ ਕੋਂਟੈਕਟ ਨੰਬਰ ਮਾਲਕ ਵੀਰ ਦਾ ਸਕਰੀਨ 'ਤੇ ਸ਼ੋ ਹੋ ਰਿਹਾ, ਕੋਂਟੈਕਟ ਕਰ ਸਕਦੇ ਹੋ ਮਾਲਕ ਵੀਰ ਨਾਲ ਹੋਰ ਇਨਫੋਰਮੇਸ਼ਨ ਦੇ ਲਈ ਕੰਬਾਈਨ ਦੀ। ਅਤੇ ਬਾਕੀ ਕੰਡੀਸ਼ਨ ਦੇਖ ਸਕਦੇ ਹੋ ਕੰਬਾਈਨ ਦਾ, ਬਹੁਤ ਹੀ ਜ਼ਿਆਦਾ ਸਾਫ਼ ਆ ਕੰਬਾਈਨ, ਸ਼ੀਲਡਾਂ ਬਹੁਤ ਹੀ ਜ਼ਿਆਦਾ ਵਧੀਆ ਪਈਆਂ ਤੁਸੀਂ ਦੇਖ ਸਕਦੇ ਹੋ, ਟਾਇਰਾਂ ਦਾ ਕੰਡੀਸ਼ਨ ਵਧੀਆ ਅਤੇ ਬਾਕੀ ਵਧੀਆ ਕੰਡੀਸ਼ਨ ਦੇ ਵਿੱਚ ਸਾਰੀ ਕੰਮ ਟਾਇਰਾਂ ਦੇ ਤੁਸੀਂ ਦੇਖ ਸਕਦੇ ਹੋ, 14 ਮਾਡਲ ਦੇ ਨਾਲ ਦੇ ਟਾਇਰ ਨੇ। ਅਤੇ ਕੱਟ ਤਾਂ ਦੇਖ ਸਕਦੇ ਤੁਸੀਂ, ਰੀਲ ਫਿੰਗਰਾਂ ਬਿਲਕੁਲ ਓਕੇ ਨੇ, ਗੁੱਡ ਕੰਡੀਸ਼ਨ ਦੇ ਵਿੱਚ ਜੀ ਸਾਰਾ, ਟੋਟਲੀ ਕੰਮ ਕੀਤਾ ਹੋਇਆ, ਕਟਰ ਗਲਿਆ ਨਹੀਂ ਹੋਇਆ ਬਿਲਕੁਲ ਵੀ, ਸਾਫ਼ ਹੈ ਜੀ ਕਟਰ। ਅਤੇ ਫੋਟੋ 'ਚ ਤੁਸੀਂ ਕੰਬਾਈਨ ਦੇਖ ਸਕਦੇ ਹੋ, ਜਿਹੜੇ ਵੀ ਨੇ ਪਸੰਦ ਆਉਂਦੀ ਕੰਬਾਈਨ ਦਾ ਕੋਂਟੈਕਟ ਕਰ ਸਕਦਾ ਮਾਲਕ ਵੀਰ ਨਾਲ, ਅਤੇ ਇੰਸਟਾਗ੍ਰਾਮ 'ਤੇ ਜ਼ਰੂਰ ਫੋਲੋ ਕਰ ਲਿਓ। ਵਿਸ਼ਾਲ 435 ਕੰਬਾਈਨ ਹੈ ਜੀ, ਇਹ ਕੰਬਾਈਨ ਸੇਲ ਹੈ, ਮਾਡਲ ਹੈਗਾ ਜੀ 2012 ਅਤੇ ਇੰਜਨ ਚਿੱਟਾ ਟਰਬੋ, ਟਾਇਰ ਹੈਗੇ ਨਹੀਂ 75 ਪੈਸੇ ਨਾਲ ਦੇ ਨੇ। ਅਤੇ ਪ੍ਰਾਈਸ ਰੱਖਿਆ ਮਾਲਕ ਵੀਰ ਨੇ ਡਿਮਾਂਡ ਰੱਖੀ ਹੈ 14,00,000 ਰੁਪਏ, ਅਤੇ ਏਰੀਆ ਹੈਗਾ ਜੀ ਬਰਨਾਲਾ। ਬਾਕੀ ਪ੍ਰਾਈਸ ਜਿਹੜਾ ਲੈਸ ਵੀ ਹੋ ਸਕਦਾ ਮੌਕੇ 'ਤੇ, ਤੁਸੀਂ ਕੰਡੀਸ਼ਨ ਦੇਖ ਸਕਦੇ ਹੋ, ਬਹੁਤ ਹੀ ਜ਼ਿਆਦਾ ਸਾਫ਼ ਆ ਕੰਬਾਈਨ, ਵਧੀਆ ਕੰਡੀਸ਼ਨ ਦੇ ਵਿੱਚ ਆ, ਕੰਬਾਈਨ ਗਲੀ ਨਹੀਂ ਹੋਈ ਬਿਲਕੁਲ ਵੀ, ਸਾਫ਼ ਸੁਥਰੀ ਆ ਵਧੀਆ ਕੰਬਾਈਨ। ਅਤੇ ਤੁਸੀਂ ਕਟਰ ਦਾ ਕੰਡੀਸ਼ਨ ਦੇਖ ਸਕਦੇ ਹੋ। ਬਾਕੀ ਤੁਸੀਂ ਕੰਬਾਈਨ ਜਿਹੜੀ ਆਪਣੀ ਚਲਾ ਕੇ ਹੋਰ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ, ਇੰਜਨ ਗੇਅਰ ਦੀ ਗਰੰਟੀ ਹੈ ਮਾਲਕ ਵੀਰ ਦੀ। ਅਤੇ ਜਿਹੜੇ ਵੀ ਇੰਨੇ ਕੰਬਾਈਨ ਲੈਣੀ ਹੋਵੇ ਤਾਂ ਕੋਂਟੈਕਟ ਨੰਬਰ ਮਾਲਕ ਵੀਰ ਦਾ ਸਕਰੀਨ 'ਤੇ ਸ਼ੋ ਹੋ ਰਿਹਾ, ਕੋਂਟੈਕਟ ਕਰਕੇ ਮਾਲਕ ਵੀਰ ਨਾਲ ਹੋਰ ਇਨਫੋਰਮੇਸ਼ਨ ਕੰਬਾਈਨ ਦੀ ਜਿਹੜੀ ਲੈ ਸਕਦੇ ਹੋ ਅਤੇ ਖਰੀਦ ਸਕਦੇ ਹੋ ਕੰਬਾਈਨ। ਬਾਕੀ ਵਧੀਆ ਕੰਡੀਸ਼ਨ ਦੇ ਵਿੱਚ ਕੰਬਾਈਨ ਆ, ਤੁਸੀਂ ਫੋਟੋ 'ਚ ਦੇਖ ਹੀ ਲਿਆ, ਸਾਫ਼ ਸੁਥਰੀ ਹੈ ਜੀ ਕੰਬਾਈਨ, ਬਹੁਤ ਹੀ ਜ਼ਿਆਦਾ ਸਾਫ਼ ਆ ਤੁਸੀਂ ਦੇਖ ਸਕਦੇ ਹੋ, ਓਰੀਜਨਲ ਰੰਗ ਦੇ ਨਾਲ ਸਾਫ਼ ਕੰਡੀਸ਼ਨ ਆ। ਅਤੇ ਬ੍ਰੇਕਾਂ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਨੇ ਜੀ, ਕੋਈ ਕਮੀ ਨਹੀਂ ਹੈਗੀ ਕੰਬਾਈਨ ਦੇ, ਪੈਸੇ ਨਹੀਂ ਲੱਗਣਾ ਲੱਗਾ ਕੰਬਾਈਨ ਦੇ ਉੱਪਰ, ਵਧੀਆ ਕੰਡੀਸ਼ਨ ਆ ਸਾਰੀ ਕੰਬਾਈਨ ਦਾ। ਵਿਸ਼ਾਲ 435 ਕੰਬਾਈਨ ਹੈ ਜੀ, ਇੱਕ ਹੋਰ ਕੰਬਾਈਨ ਸੇਲ ਹੈ, ਵਿਸ਼ਾਲ ਮਾਡਲ ਹੈਗਾ ਜੀ ਇਹ 2011 ਅਤੇ ਪੇਟੀ ਬੰਦ ਇੰਜਨ ਹੈ ਜੀ, 80 ਪੈਸੇ ਟਾਇਰ ਨੇ ਜੀ, ਫੁੱਲ ਓਕੇ ਜੀ ਸਾਰੀ ਕੰਬਾਈਨ, ਕੰਡੀਸ਼ਨ ਬਿਲਕੁਲ ਓਕੇ ਆ। ਅਤੇ ਮਾਲਕ ਵੀਰ ਨੇ ਡਿਮਾਂਡ ਰੱਖੀ ਹੈ ਕੰਬਾਈਨ ਦੀ 12,25,000 ਰੁਪਏ, ਜਿਹੜਾ ਕਿ ਮੌਕੇ 'ਤੇ ਲੈਸ ਹੋ ਜਾਵੇਗਾ। ਅਤੇ ਬਾਕੀ ਕੰਡੀਸ਼ਨ ਜਿਹੜਾ ਕੰਬਾਈਨ ਤੁਸੀਂ ਦੇਖ ਸਕਦੇ ਹੋ, ਵਧੀਆ ਕੰਡੀਸ਼ਨ ਆ, ਗਲੀ ਨਹੀਂ ਹੋਈ ਕੰਬਾਈਨ ਬਿਲਕੁਲ ਵੀ, ਟਾਇਰਾਂ ਦਾ ਕੰਡੀਸ਼ਨ ਬਹੁਤ ਹੀ ਜ਼ਿਆਦਾ ਸਾਫ਼ ਵਧੀਆ ਕੰਡੀਸ਼ਨ ਆ, ਕੱਟ ਨਹੀਂ ਹੈਗਾ ਟਾਇਰਾਂ ਦੇ ਵਿੱਚ ਬਿਲਕੁਲ ਵੀ।
ਬਾਕੀ ਤੁਸੀਂ ਫੋਟੋ 'ਚ ਕੰਬਾਈਨ ਜਿਹੜੀ ਦੇਖ ਹੀ ਲਈ ਆ ਸਾਫ਼ ਆ ਕੰਬਾਈਨ ਵਧੀਆ ਕੰਡੀਸ਼ਨ ਦੇ ਵਿੱਚ ਆ ਬਾਕੀ ਤੁਸੀਂ ਕੰਡੀਸ਼ਨ ਦੇ ਸਕਦੇ ਹੋ ਬਾਕੀ ਜਿਹੜਾ ਸਮਾਨ ਆ ਨਾਲ ਮਿਲੂਗਾ ਕੰਬਾਈਨ ਦੇ ਟੂਲ ਬੋਕਸ ਕਿ ਬ੍ਰੇਕ ਦੇ ਸਕਦੇ ਡਿਸਕ ਬ੍ਰੇਕ ਨੇ ਇੰਜਨ ਗੇਅਰ ਦੀ ਗਰੰਟੀ ਆ ਮਾਲਕ ਵੀਰ ਦੀ ਪੂਰੀ ਓਕੇ ਕੰਬਾਈਨ ਨੇ ਰਿਪੇਅਰ ਇੱਕ ਵੀ ਪੈਸਾ ਲੱਗਣ ਵਾਲਾ ਨਹੀਂ ਕੰਬਾਈਨ ਦੇ ਕੰਡੀਸ਼ਨ ਦੇਖ ਸਕਦੇ ਹੋ ਬਾਕੀ ਤੁਸੀਂ ਵਧੀਆ ਕੰਡੀਸ਼ਨ ਦੇ ਵਿੱਚ ਆ ਅਤੇ ਫੋਰਡ 3600 ਟਰੈਕਟਰ ਹੈ ਜੀ ਇਹ ਟਰੈਕਟਰ ਸੇਲ ਹੈ ਮਾਡਲ ਹੈਗਾ ਜੀ 1993 ਅਤੇ ਚਾਰੇ ਟਾਇਰ ਬਿਲਕੁਲ ਨਿਊ ਨੇ ਅਤੇ ਮੋਡੀਫਾਈ ਕੀਤਾ ਹੋਇਆ ਬਾਕੀ ਤੁਸੀਂ ਦੇਖ ਸਕਦੇ ਮਿਊਜ਼ਿਕ ਸਿਸਟਮ ਹੈਗਾ ਜੀ ਵੱਢਣ ਨਾਲ ਤੁਸੀਂ ਬਾਕੀ ਫੋਟੋ 'ਚ ਦੇਖ ਸਕਦੇ ਰੰਗ ਦੁਬਾਰਾ ਕੀਤਾ ਹੋਇਆ ਵਧੀਆ ਕੰਡੀਸ਼ਨ ਦੇ ਵਿੱਚ ਹੈ ਜੀ ਇੰਜਨ ਗੇਅਰ ਓਕੇ ਜੀ ਟਰੈਕਟਰ ਦੀ ਅਤੇ ਪੰਜਾਬ ਨੰਬਰ ਹੈ ਵਧੀਆ ਕੰਡੀਸ਼ਨ ਦੇ ਵਿੱਚ ਅਤੇ ਮਾਲਕ ਵੀਰ ਨੇ ਡਿਮਾਂਡ ਰੱਖੀ ਹੈ 1,85,000 ਰੁਪਏ ਜਿਹੜਾ ਕਿ ਲੈਸ ਹੋ ਸਕਦਾ ਮੌਕੇ 'ਤੇ ਅਤੇ ਬਾਕੀ ਕੰਡੀਸ਼ਨ ਦੇਖ ਸਕਦੇ ਟਰੈਕਟਰ ਦਾ ਤੁਸੀਂ ਪੰਪ ਦੇ ਸਕਦੇ ਹੋ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਜੀ ਵਧੀਆ ਕੰਡੀਸ਼ਨ ਦੇ ਵਿੱਚ ਜੀ ਸਾਰਾ ਟਰੈਕਟਰ ਸਾਰਾ ਕੰਮ ਕੀਤਾ ਹੋਇਆ ਮਾਲਕ ਵੀਰਾਂ ਨੇ ਮੋਡੀਫਾਈ ਕੀਤਾ ਹੋਇਆ ਅਤੇ ਜਿਹੜੇ ਵੀਰ ਨੇ ਟਰੈਕਟਰ ਲੈਣਾ ਹੋਵੇ ਤਾਂ ਕੋਂਟੈਕਟ ਨੰਬਰ ਮਾਲਕ ਵੀਰ ਦਾ ਸਕਰੀਨ 'ਤੇ ਸ਼ੋ ਹੋ ਰਿਹਾ ਕੋਂਟੈਕਟ ਕਰ ਸਕਦੇ ਮਾਲਕ ਵੀਰ ਨਾਲ ਹੋਰ ਇਨਫੋਰਮੇਸ਼ਨ ਦੇ ਲਈ ਟਰੈਕਟਰ ਦੀ ਅਤੇ ਬਾਕੀ ਵਧੀਆ ਕੰਡੀਸ਼ਨ ਦੇ ਵਿੱਚ ਜੀ ਸਾਰਾ ਟਰੈਕਟਰ ਸਾਰਾ ਜਿਹੜੀਆਂ ਕੰਮ ਕਰਦੇ ਹਾਂ ਸਾਰੀਆਂ ਲਾਈਟਾਂ ਵਗੈਰਾ ਸਾਰਾ ਕੁਛ ਕੰਮ ਕਰਦਾ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਅਤੇ ਬਾਕੀ ਦੇਖ ਸਕਦੇ ਹੋ ਬੈਕ ਸਾਈਡ 'ਤੇ ਦੇਖ ਸਕਦੇ ਤੁਸੀਂ ਇੰਜਨ ਗੇਅਰ ਲਿਫਟ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਜੀ ਸਾਰਾ ਟੋਟਲੀ ਕੰਮ ਸਾਰਾ ਟਰੈਕਟਰ ਦਾ ਕੀਤਾ ਹੋਇਆ ਬਾਕੀ ਤੁਸੀਂ ਫੋਟੋ 'ਚ ਦੇਖ ਹੀ ਰਹੇ ਹੋ ਟਰੈਕਟਰ ਦੀ ਕੰਡੀਸ਼ਨ ਸੈਂਟਰ ਕੀ ਰਹੀ ਤੁਸੀਂ ਦੇਖ ਸਕਦੇ ਹੋ ਵਧੀਆ ਕੰਡੀਸ਼ਨ ਦੇ ਵਿੱਚ ਸਾਰਾ ਟਰੈਕਟਰ ਕੋਂਟੈਕਟ ਨੰਬਰ ਦੇ ਦਿੱਤਾ ਤੁਹਾਨੂੰ ਤੁਸੀਂ ਕੋਂਟੈਕਟ ਕਰ ਸਕਦੇ ਹੋ ਜਿਹੜੇ ਵੀ ਇਹਨੇ ਲੈਣਾ ਹੋਵੇ ਅਤੇ ਆਪਾਂ ਨੂੰ ਇੰਸਟਾਗ੍ਰਾਮ 'ਤੇ ਫੋਲੋ ਕਰ ਲਿਓ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਹੈ NS 920 ਕੰਬਾਈਨ ਹੈ ਜੀ ਇਹ ਕੰਬਾਈਨ ਸੇਲ ਹੈ ਮਾਡਲ ਹੈਗਾ ਜੀ 2017 ਅਤੇ ਫੁੱਲ ਰਿਪੇਅਰ ਕੀਤੀ ਹੋਈ ਹੈ ਨਾਲ ਦੇ ਟਾਇਰ ਨੇ 75 ਪੈਸੇ ਕੰਬਾਈਨ ਦੇ 90 ਪੈਸੇ ਕੰਡੀਸ਼ਨ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸਾਫ਼ ਆ ਕੰਬਾਈਨ ਅਤੇ ਮਾਲਕ ਵੀਰ ਨੇ ਡਿਮਾਂਡ ਰੱਖੀ ਹੈ 12,80,000 ਰੁਪਏ ਜਿਹੜਾ ਕਿ ਲੈਸ ਹੋ ਸਕਦਾ ਮੌਕੇ 'ਤੇ ਕੋਂਟੈਕਟ ਕਰਕੇ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹੋ ਅਤੇ ਜਿਹੜੇ ਵੀ ਵੀਰ ਨੇ ਕੰਬਾਈਨ ਲੈਣੀ ਹੋਵੇ ਤਾਂ ਕੋਂਟੈਕਟ ਨੰਬਰ ਮਾਲਕ ਵੀਰ ਦਾ ਸਕਰੀਨ 'ਤੇ ਸ਼ੋ ਹੋ ਰਿਹਾ ਕੋਂਟੈਕਟ ਕਰਕੇ ਮਾਲਕ ਵੀਰ ਨਾਲ ਹੋਰ ਇਨਫੋਰਮੇਸ਼ਨ ਕੰਬਾਈਨ ਦੀ ਜਿਹੜੀ ਲੈ ਸਕਦੇ ਹੋ ਅਤੇ ਖਰੀਦ ਸਕਦੇ ਹੋ ਬਾਕੀ ਵਧੀਆ ਕੰਡੀਸ਼ਨ ਦੇ ਵਿੱਚ ਕੰਬਾਈਨ ਆ ਤੁਸੀਂ ਦੇਖ ਸਕਦੇ ਹੋ ਇੰਜਨ ਗੇਅਰ ਦੀ ਮਾਲਕ ਵੀਰ ਦੀ ਪੂਰੀ ਗਰੰਟੀ ਦਿੱਤੀ ਜਾ ਰਹੀ ਹੈ ਅਤੇ ਬਾਕੀ ਵਧੀਆ ਕੰਡੀਸ਼ਨ ਦੇ ਵਿੱਚ ਸਾਰੀ ਕੰਬਾਈਨ ਓਰੀਜਨਲ ਅਤੇ ਮਿਊਜ਼ਿਕ ਸਿਸਟਮ ਹੈਗਾ ਜੀ ਨਾਲ ਨਿਊ ਹੀਰਾ ਕੰਬਾਈਨ ਹੈ ਜੀ ਇਹ ਕੰਬਾਈਨ ਸੇਲ ਹੈ ਮਾਡਲ ਹੈਗਾ ਜੀ ਇਹ 2011 ਗੁੱਡ ਕੰਡੀਸ਼ਨ ਦੇ ਵਿੱਚ ਤੁਸੀਂ ਫੋਟੋ 'ਚ ਦੇਖ ਸਕਦੇ ਹੋ ਅਤੇ SMS ਲੱਗਿਆ ਹੋਇਆ ਕੰਬਾਈਨ 'ਤੇ 02 ਪੇਟੀ ਬੰਦ ਇੰਜਨ ਹੈ ਨਾਲ ਦੇ ਟਾਇਰ ਨੇ ਜੀ 70 ਪੈਸੇ PB 38 ਨੰਬਰ ਹੈ ਅਤੇ ਫੁੱਲ ਰਿਪੇਅਰ ਕੀਤੀ ਹੋਈ ਆ ਮਾਲਕ ਵੀਰਾਂ ਨੇ ਅਤੇ ਗੁੱਡ ਕੰਡੀਸ਼ਨ ਦੇ ਵਿੱਚ ਆ ਮਾਲਕ ਵੀਰ ਨੇ ਡਿਮਾਂਡ ਰੱਖੀ ਹੈ ਇਸਦੀ 10,25,000 ਰੁਪਏ ਜਿਹੜਾ ਕਿ ਲੈਸ ਹੋ ਸਕਦਾ ਮੌਕੇ 'ਤੇ ਬਾਕੀ ਤੁਸੀਂ ਕੰਡੀਸ਼ਨ ਜਿਹੜਾ ਉਹ ਕੰਬਾਈਨ ਦਾ ਦੇਖ ਸਕਦੇ ਹੋ ਸਾਰੀ ਕੰਬਾਈਨ ਜਿਹੜੀ ਵਧੀਆ ਕੰਡੀਸ਼ਨ ਦੇ ਵਿੱਚ ਆ ਫੋਟੋ 'ਚ ਤੁਸੀਂ ਦੇਖ ਸਕਦੇ ਹੋ ਗਲੀ ਨਹੀਂ ਹੋਈ ਕੰਬਾਈਨ ਬਿਲਕੁਲ ਵੀ ਕਿਤੋਂ ਵੀ ਸਾਰੀ ਕੰਬਾਈਨ ਆ ਜਿਹੜੀ ਵਧੀਆ ਕੰਡੀਸ਼ਨ ਦੇ ਵਿੱਚ ਆ ਅਤੇ ਕਟਰ ਬਹੁਤ ਹੀ ਜ਼ਿਆਦਾ ਸਾਫ਼ ਹੋਇਆ ਕੰਬਾਈਨ ਦਾ ਬਾਕੀ SMS ਲੱਗਿਆ ਹੋਇਆ ਨਾਲ ਕਟਰ ਦਾ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਕਟਰ ਦੇਖ ਸਕਦੇ ਤੁਸੀਂ ਜਿਹੜੇ ਵੀ ਵੀਰ ਨੇ ਕੰਬਾਈਨ ਲੈਣੀ ਹੋਵੇ ਤਾਂ ਕੋਂਟੈਕਟ ਨੰਬਰ ਮਾਲਕ ਵੀਰ ਦਾ ਸਕਰੀਨ 'ਤੇ ਸ਼ੋ ਹੋ ਰਿਹਾ ਕੋਂਟੈਕਟ ਕਰ ਸਕਦੇ ਹੋ ਮਾਲਕ ਵੀਰ ਨਾਲ ਅਤੇ ਹੋਰ ਇਨਫੋਰਮੇਸ਼ਨ ਜਿਹੜੀ ਕੰਬਾਈਨ ਤੁਸੀਂ ਲੈ ਸਕਦੇ ਹੋ ਅਤੇ ਖਰੀਦ ਸਕਦੇ ਹੋ ਬਾਕੀ ਵਧੀਆ ਕੰਡੀਸ਼ਨ ਦੇ ਵਿੱਚ ਹੈ ਜੀ ਸਾਰੀ ਕੰਬਾਈਨ ਤੁਸੀਂ ਕਟਰ ਦਾ ਕੰਡੀਸ਼ਨ ਦੇਖ ਸਕਦੇ ਹੋ ਰੀਲ ਬਿਲਕੁਲ ਓਕੇ ਆ ਜੀ ਕਟਰ ਦੇ ਵੀ ਵੱਡੇ ਟਾਇਰ ਨੇ ਤੁਸੀਂ ਦੇਖ ਸਕਦੇ ਹੋ 70-75 ਪੈਸੇ ਟਾਇਰ ਨੇ ਜੀ ਕਟਰ ਦੇ ਵਧੀਆ ਕੰਡੀਸ਼ਨ ਦੇ ਵਿੱਚ ਸਾਰੀ ਕੰਬਾਈਨ ਸਾਫ਼ ਕੰਡੀਸ਼ਨ ਆ ਅਤੇ ਰੀਲ ਫਿੰਗਰਾਂਟ ਇੰਨਾ ਬਿਲਕੁਲ ਓਕੇ ਕੰਡੀਸ਼ਨ ਆ ਕੋਈ ਵੀ ਚੀਜ਼ ਪੈਸਾ ਲੱਗਣ ਵਾਲਾ ਨਹੀਂ ਹੈਗਾ ਅਤੇ ਸਾਰੀ ਵਧੀਆ ਕੰਬਾਈਨ ਹੈ ਜੀ ਤੁਸੀਂ ਹਾਂਜੀ ਜਿਹੜੇ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਘੰਟੇ ਦੇ ਬਟਨ ਉੱਪਰ ਕਲਿੱਕ ਕਰ ਦਿਓ ਤਾਂ ਕਿ ਨਿਊ ਵੀਡੀਓ ਦੀਆਂ ਅਪਡੇਟਸ ਤੱਕ ਸਭ ਤੋਂ ਪਹਿਲਾਂ ਆ ਸਕਣ ਅਤੇ ਮੈਨੂੰ ਇੰਸਟਾਗ੍ਰਾਮ 'ਤੇ ਫੋਲੋ ਕਰ ਲਿਓ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਆ ਅਤੇ ਆਪਾਂ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਨਾਲ